ਜੀ ਮੈਂ ਲੋਹੜ ਸਾਹਿਬ ਦੀ ਕੋਠੀ ਤੋਂ ਆ ਰਿਹਾ ਸੀਗਾ ਕੋਈ ਮੈਂ ਸਟਿੱਕਰ ਲੈਣੇ ਸੀਗੇ ਉੱਥੋਂ ਸਟਿੱਕਰ ਲੈਣ ਗਿਆ ਸੀਗਾ ਅਤੇ ਉੱਥੋਂ ਜਦੋਂ ਵਾਪਸ ਆ ਰਿਹਾ ਸੀਗਾ ਜੀ ਮੇਰੇ 'ਤੇ ਪਹਿਲਾਂ ਹੀ ਮੇਰੇ ਸਾਹਮਣੇ ਨਾਲ ਕੋਈ ਕਨੈਕਟ ਕੀਤੇ ਬੰਦੇ ਜਿਹੜੇ ਮੂਹਰੇ ਖੜੇ ਕੀਤੇ ਸੀ ਹੋ ਸਕਦਾ ਸਵੇਰ ਤੋਂ ਮੇਰੇ ਮਗਰ ਲੱਗੇ ਹੋਣ ਪਰ ਸਵੇਰੇ ਮੈਂ ਮੇਰੀ ਸਿਸਟਰ ਦੀ ਗੁੜੀਆ ਹੋਈ ਸੀਗੀ ਪ੍ਰੋਗਰਾਮ ਕਰਨਾ ਸੀਗਾ ਮੈਂ ਸਿਸਟਰ ਨੂੰ ਹੋਸਪਿਟਲ ਤੋਂ ਲੈਣ ਗਿਆ ਸੀ ਉਦੋਂ ਬਾਅਦ ਉਹਨਾਂ ਨੇ ਛੱਡ ਕੇ ਮੈਂ ਲੋਹੜ ਸਾਹਿਬ ਦੀ ਕੋਠੀ ਤੋਂ ਕੋਠੀ ਗਿਆ ਵਾਂ ਕੋਠੀ ਜਾ ਕੇ ਜਦੋਂ ਮੈਂ ਵੇਖਿਆ ਵੀ ਉੱਥੇ ਕੋਈ ਬਾਹਲੇ ਜਾਣੇ ਹੈ ਨਹੀਂ ਸੀਗੇ ਮੈਂ ਉੱਥੇ ਰੋਟੀ ਖਾ ਕੇ ਮੈਂ ਕਿਹਾ ਚਲੋ ਮੈਂ ਮੰਡੀ ਵਾਲੇ ਦਫ਼ਤਰ ਜਾਂਦਾ ਮੰਡੀ ਵਾਲੇ ਦਫ਼ਤਰ ਆ ਗਿਆ ਜੀ ਮੈਂ ਮੁੜ ਕੇ ਦੁਬਾਰਾ ਜਦ ਮੈਂ ਥੋੜ੍ਹਾ ਜਿਹਾ ਉਰੇ ਆਇਆ ਵਾ ਦੁਕਾਨਾਂ ਜੀਆਂ ਦੇ ਕੋਲ ਅੱਗੇ ਲੰਘਿਆ ਵਾਂ ਇੱਕ ਗੱਡੀ ਉੱਥੇ ਕਾਲੇ ਰੰਗ ਦੀ ਖੜੀ ਸੀਗੀ ਉਹਦੇ ਵਿੱਚੋਂ ਇੱਕ ਜਿਹੜਾ ਮੁੰਡਾ ਜਿਹੜਾ ਸੀਗਾ ਡਰਾਈਵਰ ਸਾਡਾ ਖੜਾ ਸੀਗਾ ਡਰਾਈਵਰ ਬਾਰੀ ਦੇ ਕੋਲ ਦੋ ਜਣੇ ਪਰਲੇ ਪਾਸੇ ਖੜੇ ਸੀਗੇ ਅਤੇ ਉਹ ਬਸ ਜੀ ਮੈਨੂੰ ਉਹਨਾਂ ਨੇ ਬੇਸਬਾਲ ਵਿਖਾਇਆ ਵਾ ਮੈਂ ਗੱਲ ਕਰਦਾ ਪਿਆ ਸੀਗਾ ਆਪਣੇ ਬ੍ਰਦਰ ਨਾਲ ਮੈਂ ਉਹਨੂੰ ਕਹੀ ਜਾਂਦਾ ਮੈਂ ਕਿਹਾ ਸ਼ਾਇਦ ਮੈਨੂੰ ਲੱਗਦਾ ਬੰਦੇ ਪੈ ਗਏ ਉਹ ਬੰਦੇ ਪੈ ਕੇ ਮੈਂ ਆਪਦੇ ਜਿਹੜੇ ਗੱਡੀ ਦੇ ਉੱਥੋਂ ਮੋੜਨ ਦੀ ਕੋਸ਼ਿਸ਼ ਕੀਤੀ ਸੀਗੀ ਮੈਂ ਘੁਮਾ ਕੇ ਮਗਰ ਹੀ ਕੋਠੀ ਵਾਲੇ ਨੂੰ ਕਰ ਦਿਆਂ ਚਲੋ ਉੱਥੇ ਘਰਾਂ ਦੇ ਵਿੱਚ ਚਲਾ ਜਾਊਂਗਾ ਹੋ ਸਕਦਾ ਮੇਰਾ ਬਚਾਅ ਹੋ ਜੇ ਪਰ ਉਹ ਮੋੜਨ ਨਹੀਂ ਦਿੱਤੀ ਜੀ ਉਹਨਾਂ ਨੇ ਜਿਹੜਾ ਕੁਛ ਕੀਤਾ ਤੁਹਾਨੂੰ ਸਾਹਮਣੇ ਕਿਹੜੀ ਗੱਡੀ ਸੀ ਉਹ ਮੇਰੀ ਉਹ ਗੱਡੀ ਜਾਣੀ ਨਵੀਂ ਗੱਡੀ ਸੀਗੀ ਪਰ ਉਹਦੇ ਵਿੱਚ ਜਦੋਂ ਮੈਨੂੰ ਫੋੜਦੇ ਪਏ ਸੀਗੇ ਇੱਕ ਬੰਦਾ ਜਿਹੜਾ ਵਿੱਚ ਬੈਠਾ ਸੀ ਉਹਨੇ ਇਹ ਗੱਲ ਕਹੀ ਸੀਗੀ ਵੀ ਬਾਹਰ ਆ ਜਾ ਚਲੋ ਆ ਜਾਓ ਕਹਿੰਦਾ ਕੁਛ ਨਹੀਂ ਹੁੰਦਾ ਬਾਕੀ ਬਾਅਦ ਚ ਦੇਖਾਂ ਬੰਦੇ ਕਿਹੜੇ ਕਿ ਤੁਸੀਂ ਕਹਿੰਦੇ ਦੇਖੋ ਮੈਂ ਤਾਂ ਜੀ ਮੈਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ 2013 ਤੋਂ ਲੈ ਕੇ ਹੁਣ ਤੱਕ ਸ਼ਿਮਲਾ ਸਬੂਤ ਆਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦੇ ਹੋਏ ਜਦੋਂ ਦੇਖਿਆ ਅਸੀਂ ਪਾਰਟੀ ਦਾ ਸਿਸਟਮ ਦੇਖ ਕੇ ਅਸੀਂ ਕਾਂਗਰਸ ਦੀਆਂ ਨੀਤੀਆਂ ਵੇਖ ਕੇ ਅਸੀਂ ਕਾਂਗਰਸ ਨੂੰ ਆਉਣ ਕੀਤੀ ਹੈ ਮੈਂ ਤਾਂ ਹੁਣ ਇਹੀ ਕਹਿ ਸਕਦਾ ਬਈ ਜਿਹੜਾ ਉਮੀਦਵਾਰ ਆਮ ਆਦਮੀ ਪਾਰਟੀ ਨੇ ਹਲਕਾ ਧਰਮਪੁਰ ਤੋਂ ਦਿੱਤਾ ਇਹਦੇ ਬਰਖਿਲਾਫ ਮੈਂ ਕਾਫੀ ਜ਼ਿਆਦਾ ਟਾਈਮ ਤੋਂ ਹੀ ਇਹਦੇ ਹਲਕਾ ਇੰਚਾਰਜ ਲੱਗਣ ਤੋਂ ਪਹਿਲਾਂ ਦਾ ਜਦੋਂ ਪਾਰਟੀਆਂ ਨੇ ਜੁਆਇਨ ਕੀਤੀ ਹੈ ਸਭ ਤੋਂ ਵੱਧ ਇਸ ਬੰਦੇ ਦੇ ਖਿਲਾਫ ਜਿਹੜਾ ਪ੍ਰਚਾਰ ਕੀਤਾ ਸੀਗਾ ਮੈਂ ਹੀ ਕੀਤਾ ਸੀਗਾ ਤਾਂ ਜੋ ਇਹਨੂੰ ਟਿਕਟ ਨਾ ਮਿਲੇ ਪਰ ਫਿਰ ਵੀ ਪਾਰਟੀ ਨੇ ਪਤਾ ਨਹੀਂ ਇਸ ਬੰਦੇ ਦੇ ਵਿੱਚ ਕੀ ਦੇਖਿਆ ਪਾਰਟੀ ਨੇ ਇਹਨੂੰ ਟਿਕਟ ਦਿੱਤੀ ਆ ਇਹਦੇ ਜਿਹੜਾ ਨਾਲ ਦੇ ਰਹਿੰਦੇ ਬੰਦੇ ਵੀ ਆ ਉਹ ਕਾਫੀ ਵਾਰ ਮੈਨੂੰ ਜਵਾਨੀ ਕਲਾਮੀ ਵੀ ਕਹਿ ਚੁੱਕੇ ਆ ਕਿ ਬੰਦਾ ਬਣ ਗਿਆ ਤੇਰਾ ਪਤਾ ਨਹੀਂ ਲੱਗਣਾ ਤੈਨੂੰ ਚੱਕ ਕੇ ਕਿੱਧਰ ਲੈ ਗਏ ਪਰ ਮੈਂ ਇਸ ਚੀਜ਼ ਨੂੰ ਇਗਨੋਰ ਕਰਤਾ ਸੀਗਾ ਵੀ ਯਾਰ ਸ਼ਹਿਰ ਦੇ ਵਿੱਚ ਰਹਿੰਦੇ ਐਡਾ ਤਾਂ ਕੋਈ ਬੇਗਰਿਆ ਨਹੀਂ ਹੁੰਦਾ ਗਾ ਪਹਿਲਾਂ ਕੋਈ ਧਮਕੀ ਆਈ ਤੁਹਾਨੂੰ ਕੋਈ ਮੈਨੂੰ ਬੜੇ ਯਾਰੀ ਜਾਂਦੇ ਬੰਦੇ ਜਿਹੜੇ ਨਾਲ ਇਹਦੇ ਰਹਿੰਦੇ ਆ ਉਹਨਾਂ ਨੇ ਮੈਨੂੰ ਬੜੇ ਯਾਰੀ ਇਹ ਗੱਲਾਂ ਕਹੀਆਂ ਸੀਗੀਆਂ ਪਰ ਮੈਂ ਓਵਰ ਕੌਨਫੀਡੈਂਸ ਦੇ ਵਿੱਚ ਮਾਰਿਆ ਗਿਆ ਤਾਂ ਮੈਨੂੰ ਪਤਾ ਹੁੰਦਾ ਵੀ ਵਾਕਈ ਮੇਰਾ ਸੱਟਾ ਤੁਹਾਡੇ ਕਿਸ ਕਾਹਦੇ ਨਾਲ ਮਾਰਿਆ ਹੈ ਤੁਹਾਡੇ ਮੇਰੇ ਬੇਸਬਾਲ ਵੱਜੀ ਹੈ ਜੀ ਬੇਸਬਾਲ ਜਿਹੜੇ ਸੀਗੇ ਉਹ ਇੱਕ ਜਦੋਂ ਮੇਰੇ ਇੱਥੇ ਮਾਰਿਆ ਵਾ ਉਹਨਾਂ ਵਿੱਚ ਕਿੱਥੇ ਵੱਜੇ ਤੁਹਾਡੇ ਹੋਰ ਬੇਸਬਾਲ ਇੱਕ ਵਿੱਚੋਂ ਟੁੱਟ ਗਿਆ ਕੀ ਮੰਗ ਕਰਨਾ ਚਾਹੁੰਦੇ ਪ੍ਰਸ਼ਾਸਨ ਤੋਂ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰੂੰਗਾ ਜੀ ਭਾਵੇਂ ਕਿਸੇ ਵੀ ਪਾਰਟੀ ਨਾਲ ਰਿਲੇਟਡ ਸੀਗੇ ਉਹ ਕਿਸੇ ਵੀ ਰਾਜਨੀਤਿਕ ਨੇ ਲੀਡਰ ਨੇ ਭੇਜੇ ਸੀਗੇ ਕਿਸੇ ਨੇ ਕੋਈ ਪਲੈਟ ਕੀਤੇ ਸੀਗੇ ਇਹ ਜੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਇਨਸਾਫ ਮਿਲਣਾ ਚਾਹੀਦਾ ਦੇਖੋ ਕਿਤੇ ਕੰਮ ਨਾ ਕਰ ਦਿਓ ਕਿ ਇੱਕ ਦੀਪ ਸਿੱਧੂ ਤਾਂ ਰਾਜਨੀਤੀ ਦੀ ਭੇਟ ਚੜ ਗਿਆ ਕਿਤੇ ਇੱਕ ਹੋਰ ਮਾਂ ਦਾ ਪੁੱਤ ਨਾਲ ਤੁਸੀਂ ਰਾਜਨੀਤੀ ਦੀ ਭੇਟ ਚੜਾ ਦਿਓ ਇਹ ਤਾਂ ਜਿਹੜੀ ਬਰੀਕੀ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਬਹੁਤ ਮੰਦਭਾਗੀ ਗੱਲ ਆ ਜੀ ਜਿਹੜੀਆਂ ਗੱਲਾਂ ਪਹਿਲਾਂ ਸੋਚ ਰਹੇ ਸੀ ਲੋਕ ਬਈ ਕੋਈ ਗੁੰਡਾ ਸ਼ਖਸ ਇਲੈਕਸ਼ਨ ਲੜ ਰਿਹਾ ਇਹ ਸਾਰਾ ਉਹਦੀ ਰਹਿਨੁਮਾਈ ਹੇਕ ਹੋ ਰਿਹਾ ਹੁਣ ਜੇ ਕੋਈ ਕਿਸੇ ਪਾਰਟੀ 'ਚ ਨਹੀਂ ਰਹਿਣਾ ਚਾਹੁੰਦਾ ਕਿਸੇ ਦੂਜੇ ਆਦਮੀ ਸਪੋਰਟ ਕਰਨਾ ਚਾਹੁੰਦਾ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਸਨੂੰ ਜਾਨੋ ਮਾਰਨੀਆਂ ਧਮਕੀਆਂ ਦਿਓ ਜਾਂ ਜਾਨੋ ਮਾਰਨ ਦੀ ਕੋਸ਼ਿਸ਼ ਕਰੋ ਬਹੁਤ ਮਾੜੀ ਗੱਲ ਆ ਔਰ ਬਹੁਤ ਮੰਦਭਾਗੀ ਹੈ ਇਹ ਸਾਰਾ ਜੋ ਕੁਛ ਹੋਇਆ ਮੇਰੇ ਹਿਸਾਬ ਨਾਲ ਜੋ ਝਾੜੂ ਪਾਰਟੀ ਦਾ ਕੈਂਡੀਡੇਟ ਆ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਅੱਜ ਵੀ ਮੈਂ ਕੋਈ ਵੀਡੀਓ ਦੇਖ ਰਿਹਾ ਸੀ ਉਹਦੇ 'ਚ ਉਹਨੇ ਕੋਈ ਪਹਿਲਾਂ ਨਜਾਇਜ਼ ਕਬਜ਼ੇ ਕੀਤੇ ਆ ਇਹ ਮੈਨੂੰ ਕਾਰਵਾਈ ਉਸੇ ਸੱਚ ਦੀ ਲੱਗਦੀ ਆ ਬਹੁਤ ਮੰਦਭਾਗੀ ਆ ਔਰ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਆ ਹੋਇਆ ਕੀ ਕਹਿਣਾ ਚਾਹੋਗੇ ਤੁਸੀਂ ਕੀ ਸਰ ਸਾਨੂੰ ਮੈਸੇਜ ਆਇਆ ਸੀ ਕਿ ਜਿਵੇਂ ਕਿ ਲੋਹਗੜ੍ਹ ਤੋਂ ਮੁੰਡਾ ਰਣਜੀਤ ਸਿੰਘ ਇੱਧਰ ਨੂੰ ਆ ਰਿਹਾ ਸੀਗਾ ਉੱਥੇ ਇਹਨੂੰ ਰਾਹ 'ਚ ਇੱਕ ਗੱਡੀ ਮਿਲੀ ਆ ਅਤੇ ਉਹਨਾਂ ਨੇ ਉੱਤਰ ਕੇ ਮੈਂ ਕੁੱਟਮਾਰ ਕੀਤੀ ਆ ਗੱਡੀ ਦੇ ਸ਼ੀਸ਼ੇ ਤੋੜੇ ਆ ਅਸੀਂ ਇਹਦਾ ਬਿਆਨ ਲਿਖ ਲਿਆ ਜੋ ਕਾਰਵਾਈ ਬਣਦੀ ਆ ਉਹ ਕਰਾਂਗੇ ਕੀ ਕਿਹਾ ਸਰ ਬਿਆਨ 'ਚ ਨੇ ਬਿਆਨ 'ਚ ਸਰ ਇਹਨੇ ਕਿਹਾ ਵੀ ਮੈਨੂੰ ਉਹ ਬੰਦਿਆਂ ਨੂੰ ਮੈਂ ਨਹੀਂ ਜਾਣਦਾ ਹੈਗਾ ਅਤੇ ਕਾਲੇ ਰੰਗ ਦੀ ਗੱਡੀ ਆ ਨਾ ਤਾਂ ਇਹਨੇ ਗੱਡੀ ਬਾਰੇ ਸਾਨੂੰ ਕੋਈ ਪੂਰਾ ਦੱਸਿਆ ਵੀ ਕਿਹੜੀ ਗੱਡੀ ਆ ਕਿੰਨੇ ਬੰਦੇ ਸੀ ਬੰਦੇ ਚਾਰ ਬੰਦੇ ਨੇ ਲਗਾਇਆ ਵਾ ਚਲੋ ਚਾਰ ਬੰਦੇ ਅਤੇ ਤਿੰਨਾਂ ਉਹ ਬੇਸਬਾਲ ਸੀ ਜਿਨ੍ਹਾਂ ਨੇ ਸੱਟਾਂ ਮਾਰੀਆਂ ਗੱਡੀ ਸੀ ਅਗਲੀ ਸਰ ਕੀ ਕਾਰਵਾਈ ਕਰ ਅਗਲੀ ਕਾਰਵਾਈ ਜੋ ਵੀ ਆ ਪ੍ਰਤਾਪ ਕੈਮਲਾ ਬਣਦੀ ਆ ਉਹ ਅਮਲ 'ਚ ਜਾਂਦੀ ਆ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਧੰਨਵਾਦ